ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਕੋਟ ਸ਼ਮੀਰਾ ਪਿੰਡ ਬਠਿੰਡਾ ਨਿਰੰਕਾਰੀਆਂ ਨੇ ਮੁੜ ਕੀਤਾ ਨਵਾਂ ਕਾਂਡ। ਇਹਨਾਂ ਨੇ ਬਹੁਤ ਦੁਖਦਾਇਕ ਗੱਲ ਦੱਸੀ ਕਿ ਇੱਥੇ ਕੋਟ ਸ਼ਮੀਰ ਦੇ ਵਿੱਚ ਬਦਮਾਸ਼ੀ ਜਿਹੜੀ ਹੈ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਆਹ ਇੱਕ ਹਫ਼ਤੇ ਤੋਂ ਬੜੀ ਅੱਤ ਚੱਕੀ ਹੋਈ ਹੈ ਬੰਦਿਆਂ ਨੇ, ਅੱਤ ਇਹ ਚੁੱਕੀ ਹੈ ਕਿ ਮੈਂ ਤੁਹਾਨੂੰ ਦਿਖਾਉਣਾ ਇੱਕ ਵੀਰ ਨੌਜਵਾਨ ਭਰਾ ਹੈ, ਇਹਨੂੰ ਨਿਰੰਕਾਰੀ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਨੇ ਉਹ ਕੁਝ ਇੱਥੇ ਲਿਮਿਟਡ ਪਰਿਵਾਰ ਨੇ, ਦੋ ਚਾਰ ਬੰਦੇ ਨੇ ਜਿਵੇਂ ਪਿੰਡ ਵਾਲੇ ਦੱਸਦੇ ਆ। ਸਾਰਾ ਪਿੰਡ ਇੱਥੇ ਇੱਕ ਪਾਸੜ ਹੈ, ਮਤਲਬ ਕੋਈ ਉਹਨਾਂ 'ਚ ਭਰੋਸਾ ਰੱਖਣ ਵਾਲਾ ਨਹੀਂ, ਇਸ ਕਰਕੇ ਉਹ ਹੁਣ ਬੰਦਿਆਂ ਨੂੰ ਘੇਰ ਘੇਰ ਕੇ ਕੁੱਟਣ ਲੱਗੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਨਿਰੰਕਾਰੀ ਕਾਂਡ ਕੋਈ ਕਦੇ ਵੀ ਨਹੀਂ ਭੁੱਲ ਸਕਦਾ, ਪਰ ਅੱਜ ਵੀ ਸਿੱਖਾਂ ਵਿੱਚ ਪਏ ਹੋਏ ਪਹਾੜ ਉਸੇ ਤਰ੍ਹਾਂ ਨਜ਼ਰ ਆਉਂਦੇ ਨੇ, ਕਿਉਂਕਿ ਹਾਲ ਹੀ ਦੇ ਵਿੱਚ ਜੋ ਘਟਨਾ ਕੋਟ ਸ਼ਮੀਰਾ ਪਿੰਡ ਦੇ ਵਿੱਚ ਵਾਪਰੀ ਉਹ ਕਿਸੇ ਪਾਸਿਓਂ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਜਿੱਥੇ ਕੁਝ ਨਿਰੰਕਾਰੀ ਪਰਿਵਾਰ ਰਹਿੰਦੇ ਨੇ ਜਿਨ੍ਹਾਂ ਵੱਲੋਂ ਆਏ ਦਿਨ ਗਰੀਬਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਦਾ ਵਿਰੋਧ ਕੀਤੇ ਜਾਣ ਤੇ ਉਸ ਦੇ ਬਾਰੇ ਜਿਸ ਗ੍ਰੰਥੀ ਸਿੰਘ ਨੇ ਗੁਰੂ ਘਰ ਦੇ ਵਿੱਚੋਂ ਹੌਕਾ ਦਿੱਤਾ ਸੀ, ਉਸ ਨੂੰ ਸਵੇਰੇ ਅੰਮ੍ਰਿਤ ਵੇਲੇ ਸੇਵਾ ਤੇ ਜਾਂਦਿਆਂ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਹਸਪਤਾਲ ਪਹੁੰਚਾਇਆ ਕਿ ਤੁਸੀਂ ਉਸ ਦੀ ਹਾਲਤ ਵੇਖ ਕੇ ਹੈਰਾਨ ਰਹਿ ਜਾਓਗੇ। ਮੌਕੇ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਦਰਬਾਰੇ ਖਾਲਸਾ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਨੇ ਸਾਰਾ ਹਾਲ ਬਿਆਨ ਕੀਤਾ ਕਿ ਆਖਿਰ ਇਸ ਪਿੰਡ ਵਿੱਚ ਚੱਲ ਕੀ ਰਿਹਾ ਹੈ ਤੇ ਆਖਿਰ ਕਿੱਦਾਂ ਸਿਆਸਤ ਦੀਆਂ ਕੋਚੀਆਂ ਚਾਲਾਂ ਤੇ ਭਗਵੇਂ ਏਜੰਡਿਆਂ ਦੇ ਚੱਲਦੇ ਇਹਨਾਂ ਉੱਤੇ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਜਾ ਰਹੀ। ਮਾਰੋ ਇੱਕ ਨਜ਼ਰ। ਪਿਛਲੇ ਦਿਨਾਂ ਤੋਂ ਅਸੀਂ ਲਗਾਤਾਰ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਹੜ੍ਹ ਪੀੜਤਾਂ ਦੀ ਸੇਵਾਵਾਂ ਦੇ ਵਿੱਚ ਲੱਗੇ ਹੋਏ ਹਾਂ, ਤਾਂ ਮੈਨੂੰ ਕੱਲ੍ਹ ਹੀ ਟੈਲੀਫੋਨ ਆਇਆ ਸਾਡੇ ਵੀਰ ਰਜਿੰਦਰ ਸਿੰਘ ਨੇ, ਐਮਸੀ ਨੇ ਕੋਟ ਸ਼ਮੀਰ ਤੋਂ। ਇਹਨਾਂ ਨੇ ਬਹੁਤ ਦੁਖਦਾਇਕ ਗੱਲ ਦੱਸੀ ਕਿ ਇੱਥੇ ਕੋਟ ਸ਼ਮੀਰ ਦੇ ਵਿੱਚ ਬਦਮਾਸ਼ੀ ਜਿਹੜੀ ਹੈ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਆਹ ਇੱਕ ਹਫ਼ਤੇ ਤੋਂ ਬੜੀ ਅੱਤ ਚੱਕੀ ਹੋਈ ਹੈ ਬੰਦਿਆਂ ਨੇ। ਅੱਤ ਇਹ ਚੁੱਕੀ ਹੈ ਕਿ ਮੈਂ ਤੁਹਾਨੂੰ ਦਿਖਾਉਣਾ ਇੱਕ ਵੀਰ ਨੌਜਵਾਨ ਭਰਾ ਹੈ, ਇਹਨੂੰ ਨਿਰੰਕਾਰੀ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਨੇ ਉਹ ਕੁਝ ਇੱਥੇ ਲਿਮਿਟਡ ਪਰਿਵਾਰ ਨੇ, ਦੋ ਚਾਰ ਬੰਦੇ ਨੇ ਜਿਵੇਂ ਪਿੰਡ ਵਾਲੇ ਦੱਸਦੇ ਆ। ਸਾਰਾ ਪਿੰਡ ਇੱਥੇ ਇੱਕ ਪਾਸੜ ਹੈ, ਮਤਲਬ ਕੋਈ ਉਹਨਾਂ 'ਚ ਭਰੋਸਾ ਰੱਖਣ ਵਾਲਾ ਨਹੀਂ, ਇਸ ਕਰਕੇ ਉਹ ਹੁਣ ਬੰਦਿਆਂ ਨੂੰ ਘੇਰ ਘੇਰ ਕੇ ਕੁੱਟਣ ਲੱਗੇ ਨੇ ਜੀ, ਬਹਾਨੇ ਬਣਾ ਬਣਾ। ਇਹਦਾ ਪਹਿਲਾਂ ਤਾਇਆ ਸੀ ਤੁਹਾਡਾ, ਇਹਨਾਂ ਦਾ ਚਾਚਾ ਜਿਹੜਾ ਬਹੁਤ ਮਤਲਬ ਆਰਥਿਕ ਪੱਖੋਂ ਮਜ਼ਬੂਤ ਬੰਦੇ ਨਹੀਂ ਹੈਗੇ, ਇਹਨਾਂ ਦਾ ਚਾਚਾ ਬੱਕਰੀਆਂ ਚਾਰ ਰਿਹਾ ਸੀ, ਉਹਨੂੰ ਬਹਾਨਾ ਬਣਾਇਆ ਵੀ ਤੂੰ ਸਾਨੂੰ ਸੈਡ ਨਹੀਂ ਦਿੱਤੀ ਤੇ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਹਦੇ ਬੇਅਦਬੀ ਕੀਤੀ ਕਕਾਰਾਂ ਦੀ। ਤਾਂ ਇਹਨੂੰ ਨੌਜਵਾਨ ਨੂੰ ਇਹਦੇ ਦੇਖੋ ਸਿਰ ਤੇ 7 ਟਾਂਕੇ ਲੱਗੇ ਹੋਏ ਨੇ, 7 ਟਾਂਕੇ ਲੱਗੇ ਨੇ ਇਸ ਵੀਰ ਦੇ, ਆ ਹੁਣ ਪੱਟੀ ਕਹਿੰਦੇ ਅੱਜ ਲਾਤੀ ਇਹਨਾਂ ਨੇ। ਤਾਂ ਇਹ ਹੋ ਗਿਆ, ਇੱਧਰੋਂ ਵੀ ਕੁੱਟਿਆ ਦੇਖੋ, ਐਂ ਬੁਰੀ ਤਰ੍ਹਾਂ ਕੁੱਟਿਆ। ਕੁੱਟਣ ਤੋਂ ਬਾਅਦ ਇਹ ਕੁੱਟਿਆ ਕਿਹੜੀ ਜਗ੍ਹਾ ਤੇ, ਕੋਟ ਸ਼ਮੀਰ ਦੇ ਵਿੱਚ ਇੱਕ ਚੌਂਕੀ ਬਣੀ ਹੋਈ ਹੈ, ਉਹ ਚੌਂਕੀ ਤੋਂ ਕੁਝ ਕਦਮਾਂ ਦੇ ਉੱਤੇ ਇਸ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਸੀ ਤੇ ਕਟਾਪਾ ਕਰਨ ਵਾਲੇ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ। ਮੈਂ ਹੁਣੇ DSP ਸਾਹਿਬ ਨਾਲ ਵੀ ਗੱਲ ਕੀਤੀ ਆ ਸਾਰੇ ਵੀਰਾਂ ਦੇ ਸਾਹਮਣੇ ਕਿ ਤੁਸੀਂ ਜੇ ਇਸ ਜਦੋਂ ਇਹਨੂੰ ਕੁੱਟਿਆ ਜੇ ਉਸ ਬੰਦਿਆਂ ਦੇ ਉੱਤੇ ਬਣਦੀ ਕਾਰਵਾਈ ਕਰਦੇ
ਤਾਂ ਉਹਨਾਂ ਦੀ ਹਿੰਮਤ ਨਹੀਂ ਸੀ ਪੈਣੀ ਅੱਗੇ ਉਹ ਬਦਮਾਸ਼ੀ ਨੂੰ ਜਾਰੀ ਰੱਖਦੇ। ਜਦੋਂ ਇੱਦਾਂ ਪੁੱਟਿਆ ਗਿਆ, ਪਿੰਡ ਦੇ ਪਤਵੰਤ ਤੇ ਜ਼ਿੰਮੇਵਾਰ ਸਾਰੇ ਚਿੰਤਤ ਹੋਏ। ਉਹਨਾਂ ਨੇ ਪਿੰਡ ਦੇ ਭਾਈ ਜੀ ਨੂੰ ਕਿਹਾ, ਸੰਦੀਪ ਸਿੰਘ ਨੂੰ, ਵੀ ਤੂੰ ਅਨਾਊਂਸਮੈਂਟ ਕਰ, ਇਕੱਠੇ ਹੋਈਏ, ਆਪਾਂ ਮਤਾ ਕਰੀਏ ਵੀ ਐਂ ਤਾਂ ਅੱਜ ਉਹ ਕੁੱਟਤਾ, ਕੱਲ੍ਹ ਨੂੰ ਕੋਈ ਕੁੱਟਤਾ, ਇਹ ਤਾਂ ਬੜਾ ਮਾਹੌਲ ਖਰਾਬ ਹੈ। ਤਾਂ ਉਸ ਵੀਰ ਨੇ ਕਰਤੀ ਅਨਾਊਂਸਮੈਂਟ, ਮੈਂ ਉਹਨੂੰ ਮਿਲ ਕੇ ਆਇਆ, ਹੋਸਪਿਟਲ ਦੇ ਵਿੱਚ ਹੈ ਬਠਿੰਡੇ। ਤਾਂ ਸਵੇਰੇ ਜਦੋਂ ਉਹ ਅੰਮ੍ਰਿਤ ਵੇਲੇ ਆ ਰਿਹਾ ਸੀ ਆਪਣੇ ਘਰੋਂ, ਉਹ ਦਿਨ ਦੀ ਡਿਊਟੀ ਕਰਦਾ, ਰਾਤ ਨੂੰ ਇੱਥੇ ਸੇਵਾਦਾਰ ਹੋਰ ਹੁੰਦੇ ਨੇ, ਭਗਤ ਰਵਿਦਾਸ ਮਹਾਰਾਜ ਜੀ ਦਾ ਇੱਥੇ ਹੈਗਾ ਗੁਰਦੁਆਰਾ ਸਾਹਿਬ। ਤਾਂ ਸਵੇਰੇ ਅੰਮ੍ਰਿਤ ਵੇਲੇ ਜਦੋਂ ਉਹਨੇ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ, ਨਿਤਨੇਮ ਦਾ ਪਾਠ ਕਰਨਾ ਹੈ, ਅਰਦਾਸ ਕਰਨੀ ਹੈ, ਸਰਬੱਤ ਦਾ ਭਲਾ ਮੰਗਣਾ ਹੈ, ਪਰ ਇਹ ਬਦਮਾਸ਼ ਲੋਕ ਜਿਹੜੇ ਨੇ ਇੰਨੇ ਵਿਗੜੇ ਹੋਏ ਨੇ, ਮੈਨੂੰ ਲੱਗਦਾ ਇਹ ਸਰਕਾਰੀ ਸ਼ਹਿਦ ਉੱਤੇ ਨੇ ਸਾਰੇ। ਤਾਂ ਇਸ ਕਰਕੇ ਉਹਨੂੰ ਪਾਠ ਕਰਨ ਜੋਗਾ ਨਹੀਂ ਛੱਡਿਆ, ਪਹਿਲਾਂ ਹੀ ਉਹਦਾ ਬੁਰੀ ਤਰ੍ਹਾਂ ਕਟਾਪਾ ਕਰਿਆ। ਉਸ ਨੌਜਵਾਨ ਤੋਂ ਜਿਹੜਾ ਤੁਰਿਆ ਨਹੀਂ ਜਾਂਦਾ, ਹੁਣ ਉਹਦੇ ਵਜਨ ਨਹੀਂ ਆ ਰਿਹਾ ਸੀਗਾ ਪੈਰਾਂ 'ਤੇ, ਮੈਂ ਮਿਲ ਕੇ ਆਇਆ ਬਰੋਬਰ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਕੋਟ ਸ਼ਮੀਰ ਦੇ ਬਣੇ ਹੋਏ ਨੇ ਜੀ। ਤਾਂ ਇਹ 1978 ਦੇ ਵਿੱਚ ਨਿਰੰਕਾਰੀਆਂ ਦੇ ਨਾਲ ਸਿੱਖਾਂ ਦਾ ਡਿਸਪਿਊਟ ਹੋਇਆ, ਉਸ ਤੋਂ ਬਾਅਦ ਬਹੁਤ ਮਾਹੌਲ ਜਿਵੇਂ ਦਾ ਹੋਇਆ ਸਾਰਿਆਂ ਦੇ ਧਿਆਨ ਵਿੱਚ ਹੈ, ਪਰ ਉਸ ਤੋਂ ਬਾਅਦ ਕਦੇ ਕੋਈ ਸਿੱਖਾਂ ਨੇ, ਹਾਲਾਂਕਿ 78 'ਚ ਵੀ ਸਿੱਖਾਂ ਨੇ ਕੁਝ ਨਹੀਂ ਸੀ ਕਿਹਾ, ਉੱਥੇ ਸ਼ਾਂਤਮਈ ਵਿਰੋਧ ਕਰਨ ਗਏ ਸੀ, ਉਦੋਂ ਇਹਨਾਂ ਨੇ ਗੋਲੀਆਂ ਮਾਰਤੀਆਂ ਬੰਦਿਆਂ ਨੂੰ। ਤਾਂ ਹੁਣ ਪਿਛਲੀ ਗੱਲ ਹੋਈ, ਉਹ ਸ਼ਾਂਤਮਈ ਰਹਿ ਰਹੇ ਹਾਂ। ਤਾਂ ਮੈਂ ਯਾਦ ਕਰਾਉਣਾ, ਪਿਛਲੇ ਸਾਲ 2018 ਦੇ ਵਿੱਚ ਰਾਜਾ ਸੰਸੀ ਦੇ ਵਿੱਚ ਇਹਨਾਂ ਦੇ ਇੱਕ ਨਿਰੰਕਾਰੀ ਡੇਰੇ ਦੇ ਵਿੱਚ ਬੰਬ ਕਾਂਡ ਹੋਇਆ, ਜਿਹਦੇ ਵਿੱਚ ਨੁਕਸਾਨ ਹੋਇਆ ਬਹੁਤ। ਤਾਂ ਉਹਨਾਂ ਦਿਨਾਂ 'ਚ ਅਸੀਂ ਦਰਬਾਰੇ ਖਾਲਸਾ ਵੱਲੋਂ ਵੀ ਅਸੀਂ ਸਪੈਸ਼ਲ ਪ੍ਰੈਸ ਕਾਨਫਰੰਸ ਕਰੀ ਕਿ ਠੀਕ ਹੈ, ਸਾਡੀ ਵਿਚਾਰਧਾਰਾ ਨਿਰੰਕਾਰੀਆਂ ਨਾਲ ਨਹੀਂ ਮੇਲ ਖਾਂਦੀ, ਪਰ ਉੱਥੇ ਉਹਨਾਂ ਨਾਲ ਗਲਤ ਹੋਇਆ, ਧੱਕਾ ਹੋਇਆ, ਨਹੀਂ ਸੀ ਹੋਣਾ ਚਾਹੀਦਾ, ਕਿਸੇ ਵੀ ਬੇਕਸੂਰ ਦੀ ਜਾਨ ਨਾ ਜਾਵੇ। ਅਸੀਂ ਉਹਨਾਂ ਦੇ ਹੱਕ 'ਚ, ਮਤਲਬ ਜਿਹੜਾ ਵੀ ਮਜ਼ਲੂਮ ਹੈ ਉਹਦੇ ਹੱਕ 'ਚ ਖੜਦੇ ਹਾਂ, ਪਰ ਇਹਨਾਂ ਨੂੰ ਸਿੱਖ ਇੰਨੇ ਬੁਰੇ ਕਿਉਂ ਲੱਗਦੇ ਨੇ, ਸਾਡੇ ਇਹ ਪੰਜਾਬ ਦੇ ਨੌਜਵਾਨ ਇੰਨੇ ਕਿਉਂ ਭੈੜੇ ਲੱਗਦੇ ਨੇ, ਕੁੱਟ ਦਿੰਦੇ ਨੇ ਫੜ ਕੇ। ਤੇ ਮੈਂ DSP ਸਾਹਿਬ ਨੂੰ ਵੀ ਕਹਿ ਰਿਹਾ ਸੀਗਾ ਵੀ ਤੁਸੀਂ ਧਾਰਾ ਜਿਹੜੀ 295A ਹੈ ਉਹ ਕਿਉਂ ਨਹੀਂ ਲਾਈ, 307A ਜਿਹੜਾ ਧਾਰਾ 307 ਹੈ ਇਰਾਦਾ ਕਤਲ ਦਾ ਪਰਚਾ ਕਿਉਂ ਨਹੀਂ ਕੀਤਾ। ਤਾਂ ਮੈਨੂੰ ਉਹਨਾਂ ਜਿਹੜਾ ਜਵਾਬ ਦਿੱਤਾ ਸੀ, ਕਹਿੰਦੇ ਵੀ ਜੇ ਕੋਈ ਖਤਰਨਾਕ ਸੱਟ ਹੋਊਗੀ ਫਿਰ ਹੀ ਅਸੀਂ ਇਰਾਦਾ ਕਤਲ ਲਾਵਾਂਗੇ। ਤੇ ਮੈਂ ਜਵਾਬ ਵਿੱਚ ਉਹਨਾਂ ਨੂੰ ਬੇਨਤੀ ਕਰਤੀ ਨਾਲ ਦੇ ਨਾਲ ਹੀ, ਮੈਂ ਕਿਹਾ ਜਦੋਂ ਅਸੀਂ 2015 ਦੇ ਵਿੱਚ ਕੋਟਕਪੂਰੇ ਚੌਂਕ ਦੇ ਵਿੱਚ ਬੈਠੇ ਸੀਗੇ, ਸਿੱਖ ਪ੍ਰਚਾਰਕ ਬੈਠੇ ਸੀ, ਸੰਗਤਾਂ ਬੈਠੀਆਂ ਸੀ, ਤਾਂ ਉਦੋਂ ਸਾਡੇ ਬਹੁਤ ਬੰਦਿਆਂ 'ਤੇ, ਮੇਰੇ 'ਤੇ ਵੀ 307 ਲੱਗੀ ਸੀਗੀ ਜਿਹੜੀ ਸੰਗਤ ਦੇ ਦਬਾਅ ਕਰਕੇ ਰੱਦ ਹੋਈ ਹੈ ਬਾਅਦ 'ਚ। ਤਾਂ ਉਦੋਂ ਅਸੀਂ ਕਿਹੜੀ ਉੱਥੇ ਡਾਂਗ ਸੋਟੀ ਚੱਕੀ ਸੀ, ਸਿੱਖਾਂ ਦੇ ਉੱਤੇ ਤਾਂ ਥਾ 307, ਹੋਰ ਵੱਡੀਆਂ ਵੱਡੀਆਂ ਸਖ਼ਤ ਧਾਰਾਵਾਂ ਲੱਗ ਜਾਂਦੀਆਂ ਨੇ। ਤਾਂ ਇੱਥੇ ਕੁੱਟੇ ਜਾਂਦੇ ਨੇ ਬੰਦੇ, ਉਹਨੂੰ ਬੁਰੀ ਤਰ੍ਹਾਂ ਕੁੱਟ ਕੇ ਸਿੱਟ ਕੇ, ਵੀ ਇਹ ਤਾਂ ਮਰ ਗਿਆ ਹੋਊਗਾ ਸ਼ਾਇਦ, ਉਹ ਤਾਂ ਕੁਦਰਤੀ ਉੱਠ ਖੜਿਆ, ਪਿੰਡ ਵਾਲਿਆਂ ਨੇ ਸਾਂਭ ਲਿਆ ਮੁੜ ਕੇ। ਸੋ ਇਸ ਤਰ੍ਹਾਂ ਦੇ ਹਾਲਾਤ ਨੇ, ਇਹਦੇ 'ਤੇ ਪ੍ਰਸ਼ਾਸਨ ਨੂੰ ਤੁਰੰਤ ਹਰਕਤ 'ਚ ਆਉਣਾ ਚਾਹੀਦਾ। ਇਹ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਨਹੀਂ ਇਸ ਤਰ੍ਹਾਂ ਲਾਉਣ ਦੀ ਇਜਾਜ਼ਤ ਦਿੱਤੀ ਜਾਊਗੀ ਜਿਵੇਂ ਬਦਮਾਸ਼ੀ ਕਰ ਰਹੇ ਨੇ। ਔਰ ਦੂਸਰਾ, ਕੈਪਟਨ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਤੁਰੰਤ ਆਪਣੀ ਪੁਲਿਸ ਦਾ ਜਿਹੜਾ ਇਹਨਾਂ ਨੂੰ ਕਸੇ ਚੰਗੀ ਤਰ੍ਹਾਂ, ਇਹਨਾਂ ਬੰਦਿਆਂ ਦੇ ਉੱਤੇ ਬਣਦੀ ਕਾਰਵਾਈ ਕਰੇ। ਸਾਰਾ ਪਿੰਡ ਇੱਥੇ ਕੋਈ ਚਾਹੁੰਦਾ ਨਹੀਂ, ਅਤੇ ਪਹਿਲੇ ਗੁਰਦੁਆਰੇ ਸਭ ਕੁਝ ਬਣਿਆ ਹੋਇਆ, ਅਤੇ ਤੁਸੀਂ ਖਾਮ ਖਾਮ ਬਿਨਾਂ ਗੱਲ ਤੋਂ ਕਾਟੋ ਕਲੇਸ਼ ਖੜਾ ਕਰਨ ਵਾਸਤੇ ਸਾਡੇ ਇਹਨਾਂ, ਮਤਲਬ ਵੀ ਇਹਨਾਂ ਦਾ ਕੋਈ ਹੈ ਨਹੀਂ। ਵੇਖ ਕੇ ਤੁਸੀਂ ਦੇਖੋ ਕੁੱਟੇ ਕਿਹੜੇ ਬੰਦੇ ਨੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ। ਇਹ ਵਿਚਾਰੇ ਬੱਕਰੀਆਂ ਚਾਰ ਕੇ ਉਵੇਂ ਕੰਮ ਕਰਦੇ ਨੇ, ਉਹ ਵੀ ਆਰਥਿਕ ਪੱਖੋਂ ਕਮਜ਼ੋਰ ਹੈ ਗ੍ਰੰਥੀ ਸਿੰਘ। ਅਤੇ ਇਸ ਲਈ ਮੈਂ ਵੀਰ ਆਪਣੇ ਰਜਿੰਦਰ ਸਿੰਘ, ਇਹ ਵੀ ਤੁਹਾਡੇ ਨਾਲ ਕੁਝ ਸਾਂਝ ਪਾਉਣਗੇ ਜਿਹੜੇ MC ਨੇ ਇੱਥੋਂ ਦੇ ਜੀ, ਬਾਕੀ ਸਾਰੇ ਜ਼ਿੰਮੇਵਾਰ ਨੇ, ਸਾਰਾ ਪਿੰਡ ਖੜਾ ਇੱਥੇ ਪਤਵੰਤੇ ਜ਼ਿੰਮੇਵਾਰ। ਤੁਸੀਂ ਦੇਖੋ ਸਾਰਾ ਪਿੰਡ ਕਹਿ ਰਿਹਾ ਕੋਈ ਧਾਰਾਵਾਂ ਨਹੀਂ ਲੱਗ ਰਹੀਆਂ। ਹਾਂਜੀ ਵੀਰ ਰਜਿੰਦਰ,
ਭਾਈ ਸਾਹਿਬ ਨੇ ਜੋ ਆਪਣੀ ਡਿਟੇਲ ਦੇ ਵਿੱਚ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ 2-3 ਸਾਲਾਂ ਤੋਂ ਸਾਡਾ ਇਹ ਜੋ ਨਰਕਾਰੀਆਂ ਨੇ ਡੇਰਾ ਬਣਾਉਣ ਦੀ ਆਰੰਭਤਾ ਕੀਤੀ ਹੋਈ ਹੈ ਅਤੇ ਸਾਰਾ ਨਗਰ ਕੋਟ ਸ਼ਮੀਰਾ ਇਹ ਨਹੀਂ ਚਾਹੁੰਦਾ ਕਿ ਇੱਥੇ ਕੋਈ ਡੇਰਾ ਬਣੇ ਅਤੇ ਸਾਡੇ ਪਿੰਡ ਦੇ ਵਿੱਚ ਕੋਈ ਵਿਵਾਦ ਖੜਾ ਹੋਵੇ। ਪਰ ਸਰਕਾਰੀ ਸ਼ਹਿਰ ਦੇ ਕਹਿਣੇ ਅਸੀਂ ਕਿਉਂਕਿ ਇਹਨਾਂ ਦੇ 2 ਘਰ 3 ਘਰ ਹੀ ਸੀਗੇ, ਸਰਕਾਰੀ ਸ਼ਹਿ ਮਿਲੀ ਹੋਈ ਇਹਨਾਂ ਨੂੰ, ਜਨਸਿੰਘ ਦੀ ਸ਼ਹਿ ਮਿਲੀ ਹੋਈ ਆ, ਇਸ ਕਰਕੇ ਡੇਰਾ ਉਸਰਿਆ। ਇਹਨਾਂ ਕੋਲ ਪੈਸਾ ਵੀ ਨਹੀਂ ਸੀ, ਇਹਨਾਂ ਕੋਲ ਪਤਾ ਨਹੀਂ ਕਿੱਥੋਂ ਇਹਨਾਂ ਕੋਲ ਪੈਸਾ ਆ, ਇੰਨਾ 50-60 ਲੱਖ ਦੀ ਜ਼ਮੀਨ ਖਰੀਦੀ ਹੈ ਅਤੇ 40-50 ਲੱਖ ਰੁਪਏ ਉੱਤੇ ਲੱਗਣਾ ਜਿਹੜਾ ਡਰ ਡੇਰਾ ਬਣ ਰਿਹਾ। ਸੋ ਇਸ ਕਰਕੇ ਸਾਰਾ ਸਰਕਾਰਾਂ ਦੀ ਏਜੰਸੀਆਂ ਦੀ ਸ਼ਹਿ 'ਤੇ ਸਾਰਾ ਕੁਛ ਹੋ ਰਿਹਾ। ਸਾਰੇ ਨਗਰ ਦੀ ਕੋਟ ਸ਼ਮੀਰ ਦੀ ਬੇਨਤੀ ਹੈ ਕਿ ਜੋ ਇਹ ਨਿਰੰਕਾਰੀਆਂ ਡੇਰਾ ਬਣ ਰਿਹਾ, ਪਿੰਡ ਦੇ ਵਿੱਚ ਵਾਲ ਵਿਵਾਦ ਦੇਖੋ ਹੋ ਰਹੇ ਨੇ। ਇੱਕ ਹਫ਼ਤੇ ਵਿੱਚ ਇੱਕ ਗ੍ਰੰਥੀ ਸਿੰਘ 'ਤੇ ਹਮਲਾ ਕੀਤਾ ਜਾਂਦਾ, ਉਸ ਤੋਂ ਪਹਿਲਾਂ ਇੱਕ ਬੱਕਰਨ ਵਾਲੇ ਗੁਰਸਿੱਖ 'ਤੇ ਹਮਲਾ ਕੀਤਾ, ਉਹਦੇ ਭਤੀਜੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੇਰੇ ਚਾਚਾ ਜੀ ਕਿਉਂ ਕੁੱਟਮਾਰ ਕੀਤੀ, ਤਾਂ ਉਹਦਾ ਸਿਰ ਪਾੜ ਦਿੱਤਾ ਜਾਂਦਾ। ਇਸ ਤਰ੍ਹਾਂ ਦੇ ਮਸਲੇ ਸਾਹਮਣੇ ਆ ਰਹੇ ਨੇ। ਸੋ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ, ਦੇਖੋ ਕੋਟ ਸ਼ਮੀਰ ਦੀ ਇੱਕ ਇਹ ਪਹਿਲੀ ਘਟਨਾ ਗਈ ਜਿਹੜੀ ਗ੍ਰੰਥੀ ਸਿੰਘ ਨੂੰ ਸਵੇਰੇ ਡਿਊਟੀ ਕਰਨ ਸਮੇਂ ਜੋ ਆ ਰਿਹਾ ਸੀ 4 ਵਜੇ ਤਕਰੀਬਨ, ਉਸਦੀ ਕੁੱਟਮਾਰ ਕੀਤੀ ਹੈ ਅਤੇ ਇਹ ਬਹੁਤ ਧੱਕਾ ਹੋ ਰਿਹਾ ਸਾਡੇ ਨਾਲ। ਸੋ ਅਸੀਂ ਸਾਰੀਆਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਸਹਿਯੋਗ ਦਿਓ ਅਤੇ ਜੋ ਨਿਰੰਕਾਰੀਆਂ ਡੇਰਾ ਬਣ ਰਿਹਾ ਇਸਨੂੰ ਤੁਰੰਤ ਬੰਦ ਕੀਤਾ ਜਾਵੇ। ਹਾਂਜੀ ਬਾਬਾ ਜੀ ਕਾ ਖਾਲਸਾ ਹਾਂਜੀ ਵਾਹਿਗੁਰੂ ਖਾਲਸਾ ਫਤਿਹ ਜੀ। ਅਸੀਂ ਜਿੱਥੇ ਮਤਲਬ ਆਪਣਾ ਉੱਥੇ ਪਹੁੰਚੇ ਚੌਂਕੀ 'ਚ, ਮਤਲਬ ਆਪਣਾ ਚੰਡੀਗੜ੍ਹ ਧਰਨਾ ਦੱਸ ਰਹੇ ਸੀ, ਫੋਰਸ ਬਹੁਤ ਜ਼ਿਆਦਾ ਸੀ ਉਸ ਦਿਨ ਕੁੱਟਿਆ ਗਿਆ ਮੁੰਡਾ। ਜਦੋਂ ਚੌਂਕੀ 'ਚ ਪਹੁੰਚੇ ਅਸੀਂ ਧਰਨਾ ਲਾਉਣ ਗਏ, ਚਲੋ ਸਾਨੂੰ ਧਰਨਾ ਲਾਉਣ ਤੋਂ ਉਹਨਾਂ ਨੇ ਰੋਕ ਦਿੱਤਾ ਡਿਪਟੀ ਸਾਹਿਬ ਨੇ। ਡਿਪਟੀ ਸਾਹਿਬ ਨੇ ਜਾ ਕੇ ਚੌਂਕੀ ਦੇ ਵਿੱਚ ਜਦੋਂ ਉਹਨਾਂ ਦੇ ਕਰਮਚਾਰੀਆਂ ਨੇ ਪੁੱਛਿਆ ਵੀ ਤੁਸੀਂ ਉਹਨਾਂ ਮੁੰਡਿਆਂ 'ਤੇ ਕੀ ਬਣਾਇਆ ਕੇਸ, ਉਹ ਕਹਿੰਦਾ ਜੀ ਮਤਲਬ ਅਸੀਂ ਤਾਂ ਗਏ ਨਹੀਂ, ਸਾਡੇ ਜਾਇਆ ਨਹੀਂ ਗਿਆ। ਇੱਕ ਹਫ਼ਤਾ ਵੇਖੋ ਪ੍ਰਸ਼ਾਸਨ ਕੋਈ ਬੰਦਾ ਹੀ ਨਾ ਆਵੇ, 2 ਬੰਦਿਆਂ ਨੇ ਸੱਟਾਂ ਬੱਚੀਆਂ ਹੋਣ, ਇੱਕ ਦੀ ਬੇਅਦਬੀ ਕਰੀ ਹੋਈ ਦਾੜ੍ਹੀ ਵੀ ਇੱਕ ਤਾਰਾਂ ਦੀ ਅਤੇ ਦੂਜੇ 'ਤੇ ਸੱਟਾਂ ਮਾਰੀਆਂ ਹੋਣ, ਕੋਈ ਗੱਲ ਨਹੀਂ। ਸਾਡੇ ਮੂੰਹ 'ਤੇ ਜਿੰਨਾ ਕੁ ਡਿਪਟੀ ਨੇ ਭਰੋਸਾ ਦਵਾਇਆ, ਕਹਿੰਦਾ ਵੀ ਕੱਲ੍ਹ ਤੀਕਰ ਬੰਦੇ ਗ੍ਰਿਫਤਾਰ ਕੀਤੇ ਜਾਣਗੇ, ਉਹ ਗੱਲ ਹੋਈ ਨਿਬੜੀ। ਕੱਲ੍ਹ ਫਿਰ ਆਇਆ ਡਿਪਟੀ, ਕਹਿੰਦਾ ਵੀ ਉਹਨਾਂ ਦਾ ਕੰਮ ਬੰਦ ਕਰਾ ਦਿੱਤਾ, ਤੁਸੀਂ ਧਰਨਾ ਚੱਕ ਦਿਓ। ਅਸੀਂ ਤਾਂ ਫਿਰ ਵੀ ਸਰਕਾਰ ਨਹੀਂ ਮੰਨ ਰਹੇ ਹਾਂ, ਪਰ ਸਰਕਾਰ ਸ਼ਰੇਆਮ ਜ਼ੁਲਮ ਕਰ ਰਹੀ ਹੈ, ਸਰਕਾਰ ਸ਼ਹਿ ਦੇ ਰਹੀ ਹੈ, ਸਾਡੀ ਕੋਈ ਗੱਲ ਵੀ ਸੁਣ ਨਹੀਂ ਰਹੀ। ਕੱਲ੍ਹ ਵੀ ਮੈਂ ਤਾਂ ਕਿਹਾ ਸੀਗਾ ਵੀ ਜੇ ਅਸੀਂ ਮਾੜੇ ਜਿਹੇ ਇੱਥੇ ਰੌਲਾ ਪਾਈਏ ਤਾਂ ਤੁਸੀਂ ਸਾਨੂੰ ਫੜ ਕੇ ਉਹਦੀ ਲੈ ਜਾਊਗਾ, ਕੋਈ ਹੁੱਲੜਬਾਜ਼ੀ ਕਰ ਦਿਓ। ਅਤੇ ਉਹਨਾਂ ਨੇ ਵੇਖੋ ਸੱਟਾਂ ਮਾਰੀਆਂ, ਬੁਰੀ ਤਰ੍ਹਾਂ ਕੁੱਟੇ, ਕਤਾਰਾਂ ਦੀ ਬੇਅਦਬੀ ਕਰੀ ਅਤੇ ਗ੍ਰੰਥੀ ਸਿੰਘ ਨੂੰ ਸੁਬਹਾ ਅੰਮ੍ਰਿਤ ਵੇਲੇ ਆਉਂਦਿਆਂ ਨੂੰ ਰੋਕ ਕੇ ਕੁੱਟਿਆ ਅਤੇ ਉਹਨਾਂ 'ਤੇ ਕੋਈ ਮਰਚਾ ਅਰਜਿਆ ਨਹੀਂ, ਜਿਹੜਾ ਹੱਕ ਬਣਦਾ ਸੀ ਉਹ ਵੀ ਨਹੀਂ ਕਰਿਆ, ਉਹਨਾਂ ਦੇ ਇਰਾਦਾ ਕਦਮ ਦਾ ਕੇਸ ਬਣਨਾ ਚਾਹੀਦਾ। ਬਾਬਾ ਜੀ ਗੱਲ ਇਹ ਆ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਹੁਣ ਸਿੱਖਾਂ ਦੀਆਂ ਕੋਈ ਭਾਵਨਾਵਾਂ ਨਹੀਂ ਹੈਗੀਆਂ, ਸਿੱਖ ਦੇ ਉੱਤੇ ਬਹਾਨਾ ਬਣਾਇਆ ਜਾਂਦਾ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨ ਵਾਸਤੇ ਆ ਰਿਹਾ ਸੀ ਬੰਦਾ, ਉਹਨੇ ਇੱਥੇ 5 ਬਾਣੀਆਂ ਦਾ ਪਾਠ ਕਰਨਾ ਸੀਗਾ ਅੰਮ੍ਰਿਤ ਵੇਲੇ, ਕਿ ਉਸ ਬੰਦੇ ਨੂੰ ਕੁੱਟਤਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਹੀਂ ਭਟਕਰੀਆਂ। 295 ਪ੍ਰਸ਼ਾਸਨ ਇਹ ਗੱਲ ਦਾ ਜਵਾਬ ਦੇਵੇ, 295 ਉਸ ਬੰਦੇ 'ਤੇ ਕਿਉਂ ਨਹੀਂ ਬਣ ਰਹੀ ਜੀ? ਫਿਰ ਉਹ ਕਹਿੰਦੇ ਨੇ ਚੈੱਕ ਕਰਾਂਗੇ, ਕਿਤੇ ਖਤਰਨਾਕ ਤਾਂ ਮੈਂ ਸੱਟ ਹੈ, ਜੇ ਕੋਈ ਖਤਰਾ ਤਾਂ 307 ਲੱਗੂ। ਤਾਂ ਫਿਰ ਕੋਟਕਪੂਰੇ ਵਾਲੀ ਗੱਲ ਮੈਂ ਦੁਹਰਾਉਣਾ, ਉੱਥੇ ਕਿਹੜਾ ਕਿਹੜਾ ਖਤਰਾ ਸੀਗਾ ਬੰਦਿਆਂ ਤੋਂ, ਉਹਨਾਂ 'ਤੇ 307 ਲਾਤੀ। ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਹੈ। ਔਰ ਜੇ ਜਦੋਂ ਇਸ ਗਰੀਬ ਬੰਦੇ ਨੂੰ, ਇਸ ਨੌਜਵਾਨ ਨੂੰ ਕੁੱਟਿਆ ਸੀਗਾ ਜਿਹੜਾ ਚੌਂਕੀ ਦੇ ਕੁਝ ਕਦਮਾਂ 'ਤੇ ਕੁੱਟਿਆ, ਜੇ ਉਹਨੂੰ ਕੁੱਟਿਆ ਹੁੰਦਾ ਤਾਂ ਜਿਹੜਾ ਉਹਦੇ 'ਤੇ ਗ੍ਰਿਫਤਾਰ ਕੀਤਾ ਹੁੰਦਾ, ਬਣਦੀ ਕਾਰਵਾਈ ਕੀਤੀ ਹੁੰਦੀ, ਧਾਰਾ ਲਾਈ ਹੁੰਦੀ, ਤਾਂ ਉਹਦਾ ਹੌਸਲਾ ਨਹੀਂ ਸੀ ਪੈਣਾ ਗ੍ਰੰਥੀ ਸਿੰਘ ਨੂੰ ਉਹ ਕੁੱਟਦੇ। ਅਤੇ ਜੇ ਉਹਨਾਂ 'ਤੇ ਅਜੇ ਕਾਰਵਾਈ ਨਹੀਂ ਹੁੰਦੀ, ਇਹਦਾ ਮਤਲਬ ਹੈ ਕਿ ਪ੍ਰਸ਼ਾਸਨ ਇਹਨਾਂ ਨੂੰ ਸ਼ਹਿ ਦੇ ਰਿਹਾ, ਇਹਨਾਂ ਨੂੰ ਪੂਰਾ ਹੱਲਾਸ਼ੇਰੀ ਹੈ ਵੀ ਤੁਸੀਂ ਗੁੰਡਾਗਰਦੀ ਕਰੋ, ਬਦਮਾਸ਼ੀ ਕਰੋ। ਪਰ ਇਹ ਬਦਮਾਸ਼ੀ ਨੂੰ ਅਸੀਂ ਪੀਸਫੁਲੀ ਢੰਗ ਦੇ ਨਾਲ ਹੈਂਡਲ ਕਰਨਾ, ਜਿਵੇਂ ਸਾਰਾ ਪਿੰਡ, ਪਹਿਲੀ ਗੱਲ ਪਿੰਡ ਦੀ ਹੈ, ਸਾਰੇ ਜ਼ਿੰਮੇਵਾਰ ਸੱਜਣ ਨੇ ਕੋਟ ਸ਼ਮੀਰ ਦੀ, ਅਤੇ ਬਾਕੀ ਸਾਰੀ ਕੌਮ ਜਿਵੇਂ ਵੀ ਇਹ ਫੈਸਲਾ ਲੈਣਗੇ, ਅਸੀਂ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਜਿੰਨੇ ਜੋਗੇ ਹਾਂ ਹਾਜ਼ਰ ਹਾਂ। ਔਰ ਨਾਲੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੇ,
ਇਹਨਾਂ ਦੀ ਜਿਹੜੀ ਇਕਨੋਮਿਕ ਮਦਦ ਹੈ ਉਹ ਵੀ ਅਸੀਂ ਤੁੱਛ ਆਪਣੇ ਵੱਲੋਂ ਵੀ ਔਰ ਬਾਕੀਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਹ ਵੀ ਥੋੜ੍ਹੀ ਕਰੋ, ਕਿਉਂਕਿ ਬਹੁਤ ਹੁਣ ਉਹ ਬੰਦੇ ਨੂੰ ਪਤਾ ਨਹੀਂ ਕਿੰਨਾ ਉਹਤੇ ਨੁਕਸਾਨ ਹੋਣਾ, ਕਿੰਨਾ ਖਰਚਾ ਹੋਣਾ, ਉਹ ਵੀ ਅਸੀਂ ਕਰਨੇ ਆ। ਜਿੱਥੇ ਮਤਲਬ ਇਹ ਡੇਰਾ ਲੋਕਾਂ ਦੀਆਂ ਇੰਨੀਆਂ ਭਾਵਨਾਵਾਂ ਨੂੰ ਸਮਝਦੇ ਹਾਂ, ਵਿਵਾਦਿਤ ਜਗ੍ਹਾ ਦੇ ਉੱਤੇ ਬਿਨਾਂ ਮਤਲਬ ਤੋਂ ਇਸ ਤਰ੍ਹਾਂ ਦੀ ਉਸਾਰੀਆਂ ਕਰਾਉਣੀਆਂ ਨਜਾਇਜ਼, ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਮੰਨੀਆਂ ਜਾ ਸਕਦੀਆਂ। ਅਤੇ ਦੂਜਾ, ਇਹ ਬਣਦੀ ਕਾਰਵਾਈ ਧਾਰਾਵਾਂ ਤੁਹਾਨੂੰ ਲਾਉਣੀਆਂ ਪੈਣੀਆਂ, ਇਹ ਮਾਹੌਲ ਨੂੰ ਹੋਰ ਪਾਸੇ ਨਾ ਲੈ ਕੇ ਜਾਓ। ਅਸੀਂ ਸ਼ਾਂਤਮਈ ਲੋਕ ਹਾਂ, ਸਰਬੱਤ ਦਾ ਭਲਾ ਚਾਹੁਣ ਵਾਲੇ ਬੰਦਿਆਂ ਨੂੰ ਤੁਸੀਂ ਇੰਨਾ ਤੰਗ ਨਾ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੋ, ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਇੱਕਜੁੱਟ ਇੱਕਮੁੱਠ ਹੋ ਕੇ ਰਹੀਏ, ਪਰ ਸਿਆਸਤਦਾਨਾਂ ਵੱਲੋਂ ਪਾਏ ਗਏ ਇਹ ਪਾੜ ਸ਼ਾਇਦ ਹੀ ਕਦੇ ਪੂਰੇ ਜਾ ਸਕਣ, ਜਿਹੜੇ ਅੱਜ ਵੀ ਸਾਨੂੰ ਸਾਹਮਣੇ ਪ੍ਰਤੱਖ ਨਜ਼ਰ ਆਉਂਦੇ ਨੇ, ਕਿਉਂਕਿ ਬਹੁਤ ਸਾਰੇ ਮਸੰਦ ਅਜਿਹੇ ਨੇ ਜੋ ਦੇਖਣ ਦਾ ਸਿੱਖੀ ਭੇਖ ਦੇ ਵਿੱਚ ਹੈ ਨੇ, ਪਰ ਉਹ ਆਪਣੇ ਜ਼ਮੀਰ ਵੇਚ ਚੁੱਕੇ ਨੇ, ਅਲੱਗ ਅਲੱਗ ਧੜੇ ਅਲੱਗ ਅਲੱਗ ਕੁਨਵੇ ਬਣਾ ਕੇ ਰਾਜ ਕਰਨ ਦੀ ਸੋਚਦੇ ਨੇ, ਪਰ ਸ਼ਾਇਦ ਉਹ ਇਹ ਭੁੱਲ ਗਏ ਨੇ ਕਿ ਖਾਲਸਾ ਰਾਜ ਹੀ ਹੈ, ਅਤੇ ਖਾਲਸੇ ਰਾਜ ਦੇ ਵਿੱਚ ਸਿਰਫ ਖਾਲਸੇ ਦਾ ਹੀ ਬੋਲਬਾਲਾ ਹੋਵੇਗਾ, ਅਤੇ ਬਾਕੀ ਜਿੰਨੇ ਵੀ ਆਪਣੇ ਸਿਰ ਚੱਕਣ ਦੀ ਕੋਸ਼ਿਸ਼ ਕਰਦੇ ਨੇ, ਬੇਸ਼ੱਕ ਸਰਕਾਰਾਂ ਦੀ ਸ਼ੈ ਦੇ ਉੱਤੇ ਕਰਦੇ ਹੋਣ, ਅੱਜ ਨਹੀਂ ਤਾਂ ਕੱਲ੍ਹ ਉਹਨਾਂ ਨੂੰ ਮੂੰਹ ਦੀ ਖਾਣੀ ਹੀ ਪਵੇਗੀ। ਤੋ ਇਹ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।